ਕਿਹੜਾ ਟਕਰਾਅ ਸ਼ੁਰੂ ਹੋਇਆ ਹਿਮਾਚਲ ਦਾ ਪੰਜਾਬ ਦਾ, ਜਾਂ ਖਾਸ ਕਰਕੇ ਸਿੱਖਾਂ ਨੂੰ ਦੇਖ ਕੇ ਹਿਮਾਚਲ ਦੇ ਵਿੱਚ ਜਿਹੜਾ ਹੈ ਟਾਰਗੇਟ ਕੀਤਾ ਜਾਂਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਦੇ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਗੈਰ ਸਿੱਖ ਨੂੰ ਟਾਰਗੇਟ ਨਹੀਂ ਕੀਤਾ ਗਿਆ, ਚਾਹੇ 1978 ਦਾ ਦੌਰ ਰਿਹਾ, 1984 ਦਾ ਦੌਰ ਰਿਹਾ। ਜਿਹੜੀਆਂ ਕੋਈ ਇੱਕਾ ਦੁੱਕਾ ਘਟਨਾਵਾਂ ਸੀ, ਉਹ ਵੀ ਸਾਜ਼ਿਸ਼ਾਂ ਦੇ ਅਧੀਨ ਜਿਹੜੀਆਂ ਵਿਰੋਧੀਆਂ ਵੱਲੋਂ ਕੀਤੀਆਂ ਗਈਆਂ। ਗੁਰੂ ਕਾ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਾਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਸਾਜਿਆ, ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਜਦੋਂ ਪਹਾੜੀ ਰਾਜਿਆਂ ਤੋਂ ਇਸ ਅਨੰਦਪੁਰ ਸਾਹਿਬ ਦੀ ਪਹਾੜੀ ਨੂੰ ਖਰੀਦ ਕੇ ਮਾਖੋਵਾਲ ਤੋਂ ਚੱਕ ਨਾਨਕੀ ਵਸਾਇਆ ਸੀ, ਅੱਜ 359ਵਾਂ ਸਥਾਪਨਾ ਦਿਵਸ ਹੈ। ਚੱਕ ਨਾਨਕੀ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਦੇ ਵਿੱਚ ਨਾਮ ਤਬਦੀਲ ਕੀਤਾ ਸੀਗਾ। ਮੈਂ ਸਮੂਹ ਦੁਨੀਆ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ 359ਵੇਂ ਸਥਾਪਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ ਦਿੰਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਖਾਲਸਾ ਪੰਥ ਨੂੰ ਸਾਜਿਆ, ਪੰਜ ਸਿਰਾਂ ਦੀ ਭੇਟਾ ਲੈ ਕੇ, ਔਰ ਖਾਲਸਾ ਪੰਥ ਦੀ ਸਿਰਜਣਾ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅੱਜ ਤੱਕ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਜਿਆ ਖਾਲਸਾ ਪੂਰੇ ਸੰਸਾਰ ਦੇ ਵਿੱਚ ਵੱਸਦਾ, ਪੂਰੀ ਦੁਨੀਆ ਦੇ ਅੰਦਰ, ਪੂਰੇ ਸੰਸਾਰ ਦੇ ਵਿੱਚ ਖਾਲਸਾ ਪੰਥ ਨੇ ਅੱਜ ਧੁੰਮਾਂ ਪਾਈਆਂ ਨੇ। ਦੇਸ਼ ਵਿਦੇਸ਼ ਦੇ ਅੰਦਰ ਬਹੁਤ ਵੱਡੇ ਮਰਾਤਬੇ ਜਿਹੜੇ ਆ, ਮਾਣ ਸਨਮਾਨ ਹਾਸਿਲ ਕੀਤਾ। ਵਿਦੇਸ਼ਾਂ, ਕੈਨੇਡਾ ਵਰਗੀ ਧਰਤੀ 'ਤੇ ਜਾ ਕੇ ਵੀ ਡਿਫੈਂਸ ਮਿਨਿਸਟਰ ਬਣੇ, ਅਤੇ ਹੋਰ ਬਹੁਤ ਥਾਵਾਂ 'ਤੇ ਸੇਵਾ, ਸਿਮਰਨ, ਕੁਰਬਾਨੀ ਖਾਲਸਾ ਪੰਥ ਦੇ ਹਿੱਸੇ ਆਈ ਹੈ। ਕਦੇ ਵੀ ਕੋਈ ਵਿਪਤਾ ਆ ਜਾਵੇ, ਚਾਹੇ ਨੇਪਾਲ 'ਚ ਭੁਚਾਲ ਆ ਜਾਣ, ਚਾਹੇ ਭੁਜੰ ਗੁਜਰਾਤ ਦੇ ਅੰਦਰ ਦੇਸ਼ ਦੇ ਅੰਦਰ ਹੀ ਭੁਚਾਲ ਆ ਜਾਣ, ਚਾਹੇ ਉੜੀਸਾ 'ਚ ਸੁਨਾਮੀ ਆ ਜਾਵੇ, ਚਾਹੇ ਰੂਸ ਅਤੇ ਯੂਕਰੇਨ ਦੀ ਜੰਗ ਲੱਗ ਜਾਵੇ, ਚਾਹੇ ਸੀਰੀਆ ਦੇ ਕੰਢਿਆਂ 'ਤੇ ਜੰਗ ਲੱਗ ਜਾਵੇ, ਤਾਂ ਉੱਥੇ ਖਾਲਸਾ ਪੰਥ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਾ ਕੇ ਗੁਰੂ ਕੇ ਲੰਗਰ, ਭੁੱਖੇ ਨੂੰ ਭੋਜਨ ਅਤੇ ਨੰਗੇ ਨੂੰ ਵਸਤਰ। ਬਹੁਤ ਵੱਡੀ ਸੇਵਾ ਖਾਲਸਾ ਪੰਥ ਦੇ ਹਿੱਸੇ ਆ। ਮੈਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ 359ਵੇਂ ਸਥਾਪਨਾ ਦਿਵਸ 'ਤੇ ਸਮੂਹ ਸੰਗਤਾਂ ਨੂੰ ਅਪੀਲ ਕਰਦਾ ਕਿ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ 10 ਜਾਮਿਆਂ 'ਚ ਜੋਤ ਵਰਤਾ ਕੇ, ਫਿਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਅਰਪਣ ਕੀਤੀ ਅਤੇ ਸਾਨੂੰ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ, ਸ਼ਬਦ ਗੁਰੂ ਦੇ ਲੜ ਲੱਗ ਕੇ, ਅਤੇ ਦੇਸ਼ ਕੌਮ ਧਰਮ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰੀਏ। ਪੂਜਾ ਕਾਲਕੀ ਪਰਚਾ ਸ਼ਬਦ ਕਾ ਦਿਦਾਰ ਖਾਲਸੇ ਕਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਗੁਰੂ ਦਾ ਸਿਧਾਂਤ ਹੈ। ਆਪਣੇ ਧਰਮ 'ਤੇ ਪਰਪੱਕ ਰਹਿਣਾ, ਦੂਜੇ ਧਰਮਾਂ, ਧਰਮ ਗ੍ਰੰਥਾਂ, ਧਰਮ ਸਥਾਨਾਂ ਅਤੇ ਧਰਮਹੀਣ ਲੋਕਾਂ ਦਾ ਸਤਿਕਾਰ ਅਤੇ ਮਾਣ ਕਰਨਾ, ਪਿਆਰ ਸਭ ਨਾਲ ਕਰਨਾ, ਨਫ਼ਰਤ ਕਿਸੇ ਨਾਲ ਨਹੀਂ, ਨਫ਼ਰਤ ਬੁਰਾਈਆਂ ਦੇ ਨਾਲ। ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਕਿ ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਿਆਈ, ਅੱਜ ਸਾਨੂੰ ਲੋੜ ਹੈ ਪੂਰੇ ਸੰਸਾਰ ਨੂੰ, ਪੂਰੀ ਦੁਨੀਆ ਨੂੰ ਕਲਾਵੇ 'ਚ ਲੈ ਕੇ। ਜਿੱਥੇ ਅਸੀਂ ਵੱਡੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੀਆਂ ਕਰ ਰਹੇ ਹਾਂ, ਉੱਥੇ ਨਾਲ ਹੀ ਅੱਜ ਮੈਡੀਕਲ ਸਿਹਤ ਸੇਵਾਵਾਂ ਦੀ ਵੱਡੀ ਲੋੜ ਹੈ, ਐਜੂਕੇਸ਼ਨ ਦੀ ਵੱਡੀ ਲੋੜ ਹੈ ਸਾਡੇ ਪੰਥ ਧਰਮ ਦੇ ਅੰਦਰ। ਜਿੱਥੇ ਸਾਡੇ ਬੱਚੇ ਬੱਚੀਆਂ ਪਲੱਸ ਟੂ ਪਾਸ ਕਰਕੇ ਵਿਦੇਸ਼ਾਂ 'ਚ ਜਾ ਰਹੇ, ਆਈਲੈਟਸ ਕਰਕੇ, ਰੁਜ਼ਗਾਰ ਦੀ ਭਾਲ ਦੇ ਵਿੱਚ, ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ, ਸਟੇਟ ਦੀਆਂ ਸਰਕਾਰਾਂ ਨੂੰ ਇੱਥੇ ਰੁਜ਼ਗਾਰ ਮੁਹੱਈਆ ਕਰਾਉਣੇ ਚਾਹੀਦੇ ਆ, ਰੁਜ਼ਗਾਰ ਦੇ ਸਾਧਨ ਇੱਥੇ ਪੈਦਾ ਹੋਣ, ਅਤੇ ਸਾਡੇ ਜਿਹੜੇ ਬੱਚੇ ਬੱਚੀਆਂ ਨੇ ਉਹ ਇੱਥੇ ਹੀ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਆਪਣੇ ਦੇਸ਼ ਕੌਮ ਧਰਮ ਦੀ ਸੇਵਾ ਕਰਨ। ਇਸ ਪਾਸੇ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ, ਹਮਲਾ ਮਾਰਨਾ ਚਾਹੀਦਾ। ਇਹੀ ਮੇਰੀ ਸਮੂਹ ਸੰਗਤਾਂ ਨੂੰ ਅੱਜ
ਸ਼੍ਰੀ ਅਨੰਦਪੁਰ ਸਾਹਿਬ ਦੇ 359ਵੇਂ ਸਥਾਪਨਾ ਦਿਵਸ 'ਤੇ ਅਪੀਲ ਆ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗੁਰੂ ਘਰ ਦੀ ਦਰਘਰ ਦੀ ਸੇਵਾ ਪ੍ਰਾਪਤ ਹੋਵੇ ਅਤੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਸਿੰਘ ਸਾਹਿਬ ਜੀ, ਤੁਸੀਂ ਵਜ਼ੀਫਾ ਮੰਗਿਆ ਮੁਕੀ ਵੀ ਹੈ ਉੱਥੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਵਿੱਚ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਹਰਿਆਣਾ ਸਰਕਾਰ ਨੇ ਬਣਾਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ 'ਚੋਂ ਸੈਕਟ ਨੂੰ ਚੈਲੰਜ ਕੀਤਾ ਸੀ 2022 ਦੇ ਵਿੱਚ। ਉਹ ਫੈਸਲਾ ਜਿਹੜਾ ਸੀ ਹਰਿਆਣੇ ਦੇ ਹੱਕ ਵਿੱਚ ਆਇਆ ਸੀਗਾ। ਰਿਵਿਊ ਪਟੀਸ਼ਨ ਵੀ SGPC ਵੱਲੋਂ ਪਾਈ ਗਈ, ਉਹ ਵੀ ਫੈਸਲਾ ਹਰਿਆਣਾ ਦੇ ਹੱਕ ਵਿੱਚ ਆਇਆ। ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਕਰੀਬਨ 52 ਗੁਰਦੁਆਰੇ ਆ, 3 ਸਕੂਲ ਨੇ, 2 ਕਾਲਜ ਨੇ। ਮੀਰੀ ਪੀਰੀ ਮੈਡੀਕਲ ਕਾਲਜ ਹੈ ਜਿਹੜਾ, ਉਹ ਬਾਦਲ ਪਰਿਵਾਰ ਦਾ ਟਰੱਸਟ ਬਣਿਆ ਹੋਇਆ ਉਹਨਾਂ ਦੇ ਕੋਲ ਹੀ ਹੈ, ਜਿਹੜਾ ਬਹੁਤ ਜਲਦੀ ਅਸੀਂ ਪ੍ਰਬੰਧ ਲੈਣ ਵਾਸਤੇ ਜਾ ਰਹੇ ਹਾਂ। ਉਸ ਦਾ ਪ੍ਰਬੰਧ ਵੀ ਹਰਿਆਣਾ ਕਮੇਟੀ ਕੋਲ ਹੋਵੇਗਾ। ਜਿਸ ਵੇਲੇ ਅੱਜ ਤੋਂ ਤਕਰੀਬਨ 2.5 ਮਹੀਨੇ ਪਹਿਲਾਂ ਸਾਡਾ ਜਰਨਲ ਇਜਲਾਸ ਹੋਇਆ ਸੀ, ਉਹ ਜਰਨਲ ਇਜਲਾਸ ਦੇ ਵਿੱਚ ਆਪਣੀ ਸਵੈ ਮਤ ਅਨੁਸਾਰ ਸਾਰੇ ਜਰਨਲ ਹਾਊਸ ਦੇ ਵੱਲੋਂ ਜਿਹੜਾ ਸੀ ਨਵੀਂ ਐਗਜੈਕਟਿਵ ਦੀ ਚੋਣ ਕੀਤੀ ਗਈ। ਤਾਂ ਉਸ ਵੇਲੇ 30-5 ਦੀ ਰੇਸ਼ੋ ਦੇ ਨਾਲ ਨਵੀਂ ਐਗਜੈਕਟਿਵ ਚੁਣੀ, ਸਾਡੇ ਨਾਲ 30 ਮੈਂਬਰ। ਔਰ ਉਹਦੇ ਵਿੱਚ ਜਿਹੜਾ ਸੀਗਾ ਧਰਮ ਪ੍ਰਚਾਰ ਦੀਆਂ ਸੇਵਾਵਾਂ ਦਾਸ ਨੂੰ ਜਰਨਲ ਹਾਊਸ ਵੱਲੋਂ ਦਿੱਤੀਆਂ ਗਈਆਂ। ਔਰ ਧਰਮ ਪ੍ਰਚਾਰ ਦੀ ਸੇਵਾ ਸੰਭਾਲਦੇ ਹਾਂ, ਜਿੱਥੇ ਅਸੀਂ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ, ਗੁਰਮਤਿ ਦੇ ਵੱਡੇ ਵੱਡੇ ਕੈਂਪ ਜਿਹੜੇ ਸਾਡੇ ਪਾਵਨ ਸਥਾਨਾਂ 'ਤੇ ਜੂਨ ਦੀਆਂ ਛੁੱਟੀਆਂ 'ਚ ਚੱਲ ਰਹੇ ਆ, ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ 'ਚ, ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ, ਗੁਰਦੁਆਰਾ ਬਾਦਸ਼ਾਹੀ ਬਾਗ ਅੰਬਾਲਾ, ਗੁਰਦੁਆਰਾ ਬੰਗਲਾ ਸਾਹਿਬ ਰੋਹਤਕ, ਇਸੇ ਤਰ੍ਹਾਂ ਨਾਰਨੌਲ, ਮਹਿੰਦਰਗੜ੍ਹ, ਔਰ ਇਸੇ ਤਰ੍ਹਾਂ ਸਾਡੇ ਜਿਹੜੇ ਅਸੰਧ ਦੇ ਏਰੀਏ 'ਚ ਗੁਰਮਤ ਕੈਂਪ ਸਾਡੇ ਜਿਹੜੇ ਪ੍ਰਚਾਰਕ ਨੇ, ਰਾਗੀ, ਢਾਡੀ, ਕਥਾਵਾਚਕ, ਜਿਹੜੇ ਵੱਡੀ ਗਿਣਤੀ 'ਚ ਅਸੀਂ ਭਰਤੀ ਵੀ ਕੀਤੇ ਆ, ਨਵੇਂ ਵੀ ਔਰ ਪਹਿਲਾਂ ਤੋਂ ਵੀ ਸੇਵਾ ਕਰ ਰਹੇ ਆ। ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਵੀ ਚੱਲ ਰਹੀਆਂ, ਨਾਲ ਹੀ ਜਿਹੜੇ ਸਾਡੇ 3 ਸਕੂਲ ਨੇ, ਇੱਕ ਗੁਰਦੁਆਰਾ ਕਪਾਲਮੋਚਨ ਸਾਹਿਬ, ਔਰ ਇਸੇ ਤਰ੍ਹਾਂ ਇੱਕ ਜਿਹੜਾ ਸਾਡਾ ਸਕੂਲ ਹੈ ਇਹ ਗੁਰਦੁਆਰਾ ਕਪਾਲਮੋਚਨ ਸਾਹਿਬ ਜਮੁਨਾ ਨਗਰ, ਇੱਕ ਸਾਡਾ ਕੈਥਲ ਆ, ਔਰ ਇੱਕ ਸਿਰਸਾ 'ਚ ਆ। 3 ਸਕੂਲਾਂ 'ਚ ਅਸੀਂ ਅੰਮ੍ਰਿਤਧਾਰੀ ਬੱਚਿਆਂ, ਜਿਨ੍ਹਾਂ ਦੇ ਮਾਂ ਬਾਪ ਅੰਮ੍ਰਿਤਧਾਰੀ ਬੱਚੇ ਅੰਮ੍ਰਿਤਧਾਰੀ, ਉਹਨਾਂ ਦੀ ਐਡਮਿਸ਼ਨ ਅਤੇ ਟਿਊਸ਼ਨ ਫੀਸ ਜਿਹੜੀ ਆ ਉਹ ਫਰੀ ਕਰ ਦਿੱਤੀ, ਉਹਨਾਂ ਦੀ ਪੜ੍ਹਾਈ ਮੁਫਤ ਕਰ ਦਿੱਤੀ ਹੈ, ਕਿ ਨਾ ਉਹਨਾਂ ਦਾ ਕੋਈ ਦਾਖਲਾ ਫੀਸ ਲੱਗੇਗੀ, ਨਾ ਕੋਈ ਪੜ੍ਹਾਈ ਦੀ ਫੀਸ ਲੱਗੇਗੀ ਉਹਨਾਂ ਨੂੰ। ਔਰ ਜਿਹੜੇ ਟੇਲੈਂਟ ਬੱਚੇ ਆ, ਟੇਲੈਂਟਡ ਬੱਚੇ ਆ, ਜਿਨ੍ਹਾਂ ਬੱਚਿਆਂ 'ਚ ਟੇਲੈਂਟ ਆ, ਜਿਹੜੇ ਵਿੱਦਿਆ ਦੇ ਖੇਤਰ 'ਚ ਮੱਲਾਂ ਮਾਰਦੇ ਆ ਜਾਂ ਖੇਡਾਂ ਦੇ ਖੇਤਰ, ਉਹ ਗੈਰ ਸਿੱਖਾਂ ਨੂੰ ਵਜ਼ੀਫੇ ਦਿੱਤੇ ਜਾਣ। ਜਿਹੜੇ ਸਾਡੇ 2 ਕਾਲਜ ਨੇ, ਇੱਕ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਆ, ਔਰ ਇੱਕ ਇਸੇ ਤਰ੍ਹਾਂ ਜਿਹੜਾ ਸਾਡਾ ਮਾਤਾ ਸੁੰਦਰੀ ਗਰਲਜ਼ ਕਾਲਜ ਜਿਹੜਾ ਨੀ ਸਿੰਘ ਕਰਨਾਲ ਦੇ ਵਿੱਚ ਆ, ਉੱਥੇ ਵੀ ਅਸੀਂ ਜਿਹੜਾ ਹੈਗਾ ਬੱਚਿਆਂ ਨੂੰ, ਅੰਮ੍ਰਿਤਧਾਰੀ ਸਿੱਖ ਬੱਚੇ ਜਿਹੜੇ, ਉਹਨਾਂ ਨੂੰ ਵਜ਼ੀਫੇ, ਕਿਉਂਕਿ ਇਹ ਸਾਡੀ ਇੱਕ ਸਿੱਖ ਸੰਸਥਾ ਅਤੇ ਸਿੱਖਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਜਿਹੜੇ ਵਜ਼ੀਫੇ ਅਤੇ ਪੜ੍ਹਾਈ ਫਰੀ ਕੀਤੀ ਆ। ਸੈਂਕੜੇ ਬੱਚੇ ਜਿਹੜੇ ਆ ਸਾਡੇ ਇਹਨਾਂ 'ਚ ਵਿੱਦਿਆ ਪੜ੍ਹ ਰਹੇ ਆ, ਇਸ ਤਰ੍ਹਾਂ ਫਰੀ ਵਿੱਦਿਆ ਜਿਹੜੀ ਆਉਣ ਵਾਲੇ ਸਮੇਂ 'ਚ ਸਾਨੂੰ ਲੱਗਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਬੱਚੇ ਹੋਣਗੇ। ਮਾਂ ਬਾਪ ਵੀ ਅੰਮ੍ਰਿਤਧਾਰੀ ਹੋਣਗੇ, ਬੱਚੇ ਵੀ ਅੰਮ੍ਰਿਤ। ਇੱਕ ਧਰਮ ਪ੍ਰਚਾਰ ਦਾ ਵੀ ਸਾਧਨ ਹੈ, ਸਵੈ ਇੱਛਾ ਦੇ ਅਨੁਸਾਰ ਗੁਰੂ ਦੇ ਲੜ ਲੱਗਣਾ, ਕਿਉਂਕਿ ਅਸੀਂ ਦੇਖ ਰਹੇ ਸੀ ਈਸਾਈ ਮਤ ਵਾਲੇ ਜਿਹੜੇ ਸੀਗੇ ਉਹ ਛੋਟੇ ਛੋਟੇ ਲਾਲਚ ਦੇ ਕੇ ਕਿਤੇ ਪੜ੍ਹਾਈ ਦਾ, ਕਿਤੇ ਸਿਲਾਈ ਮਸ਼ੀਨ ਦਾ, ਅਤੇ ਸਾਡੇ ਗਰੀਬ ਪਰਿਵਾਰਾਂ ਦਾ ਧਰਮ ਕਨਵਰਟ ਕਰਵਾ ਰਹੇ ਸੀਗੇ, ਧਰਮ ਤਬਦੀਲ ਕਰਾ ਰਹੇ ਸੀ। ਤਾਂ ਉਹਨਾਂ ਦੇ ਕ੍ਰਿਸਚੈਨਟੀ ਨੂੰ ਠੱਲ ਪਾਉਣ ਵਾਸਤੇ ਜਿਹੜੇ ਸਾਡੇ ਧਰਮ 'ਚ, ਹਰੇਕ ਆਪਣਾ ਧਰਮ ਮੰਨੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੇ ਧਰਮ ਦੇ ਲੋਕਾਂ ਨੂੰ ਲਾਲਚ ਦੇ ਕੇ ਛੋਟੇ ਛੋਟੇ 'ਤੇ ਉਹਨਾਂ ਦਾ ਧਰਮ ਕਨਵਰਟ, ਧਰਮ ਤਬਦੀਲ ਕੀਤਾ ਜਾ ਰਿਹਾ ਸੀਗਾ, ਉਹਨਾਂ ਨੂੰ ਇਸ ਪਾਸੇ ਅਸੀਂ ਮੋੜਿਆ। ਔਰ ਵਾਹਿਗੁਰੂ ਕਿਰਪਾ ਕਰੇ, ਅਸੀਂ ਇਹਦੇ 'ਚ ਸਫਲ ਵੀ ਹੋ ਰਹੇ ਹਾਂ। ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਸਾਡੇ ਵੱਡੇ ਜਿਹੜੇ ਹੈਗੇ ਵਿਜ਼ਨ ਆ, ਅਸੀਂ ਟੀਚੇ ਰੱਖੇ ਹੋਏ ਆ, ਉਹਨਾਂ ਨੂੰ ਪੂਰਿਆਂ ਕਰਾਂਗੇ। ਧਰਮ ਪ੍ਰਚਾਰ ਦੇ ਵੀ, ਐਜੂਕੇਸ਼ਨ ਦੇ ਵੀ, ਔਰ ਸਿਹਤ ਵਿਭਾਗ ਦੇ ਵੀ ਅਸੀਂ ਜਿਹੜਾ ਹੈਗਾ ਵੱਡੇ ਟੀਚੇ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਰਲ ਮਿਲ ਕੇ, ਮੌਜੂਦਾ ਪ੍ਰਧਾਨ ਸਾਡੇ ਜਥੇਦਾਰ ਭੁਪਿੰਦਰ ਸਿੰਘ ਅਸੰਧ, ਔਰ ਸਾਡੇ ਜਨਰਲ ਸਕੱਤਰ ਸਰਦਾਰ
ਸੁਖਵਿੰਦਰ ਸਿੰਘ ਮੰਡੇਪੁਰ ਜਮੁਨਾ ਨਗਰ ਜੋ ਸਾਡੇ ਨਾਲ ਨੇ, ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਸਾਰੇ ਰਲ ਕੇ ਅਸੀਂ ਇਹ ਉਪਰਾਲੇ ਕਰ ਰਹੇ ਹਾਂ, ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ, ਗੁਰੂ ਘਰਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੀ ਪਿਛਲੇ ਸਮੇਂ ਦੇ ਅੰਦਰ 15-15 ਸਾਲ ਤੋਂ ਆਰਜ਼ੀ ਤੌਰ 'ਤੇ ਨੌਕਰੀਆਂ ਕਰ ਰਹੇ ਸੀ, ਉਹਨਾਂ ਨੂੰ ਵੀ ਅਸੀਂ ਜਿਹੜਾ ਬਿੱਲ ਮੁਕਤਾ ਪੱਕੇ ਕੀਤਾ, ਔਰ ਜਿਹੜੇ ਤਨਖਾਹਾਂ ਦਾ ਜਿਹੜਾ ਸੀ ਉਹ ਬਹੁਤ ਘੱਟ ਨਿਗੁਣੀਆਂ ਤਨਖਾਹਾਂ ਸੀ, ਤਨਖਾਹਾਂ 'ਚ ਵੀ 4% ਜਿਹੜਾ ਵਾਧਾ ਪਿਛਲੇ ਦਿਨਾਂ 'ਚ ਅਸੀਂ ਮੁਲਾਜ਼ਮਾਂ ਦੀਆਂ ਕੀਤਾ। ਸੋ ਫਿਰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ, ਖਜ਼ਾਨੇ ਭੰਡਾਰੇ ਭਰਪੂਰ ਆ, ਔਰ ਇਹ ਗੁਰੂ ਘਰਾਂ ਦੇ ਪ੍ਰਬੰਧ ਔਰ ਧਰਮ ਪ੍ਰਚਾਰ ਪ੍ਰਸਾਰ ਅਤੇ ਸਿਹਤ ਸੇਵਾਵਾਂ ਅਤੇ ਵਿੱਦਿਅਕ ਸੇਵਾਵਾਂ 'ਤੇ ਅਸੀਂ ਖਰਚ ਕਰ ਰਹੇ ਹਾਂ। ਨਾਲ ਹੀ ਸਾਡੇ ਨਾਲ NGO ਸੰਸਥਾਵਾਂ ਜੁੜੀਆਂ ਨੇ, ਜਿਹੜੇ ਬੱਚੇ UPSC ਦੀ ਤਿਆਰੀ ਕਰਨਾ ਚਾਹੁੰਦੇ ਆ, ਟੈਲੈਂਟਡ ਬੱਚੇ, ਉਹਨਾਂ ਨੂੰ ਅਸੀਂ ਫਰੀ UPSC ਦੀ ਪੜ੍ਹਾਈ ਜਿਹੜੀ ਆ ਉਹ ਵੀ ਕਰਾ ਰਹੇ ਹਾਂ, ਚਾਹੇ ਕੋਈ IPS ਬਣਨਾ, IAS ਬਣਨਾ, PCS ਬਣਨਾ, IRS ਬਣਨਾ, ਤਾਂ ਉਹ ਵੀ ਪੜ੍ਹਾਈ ਜਿਹੜੀ ਆ ਉਹਨਾਂ ਦਾ ਬਿਲਕੁਲ ਰਹਿਣਾ ਖਾਣਾ ਪੀਣਾ ਪੜ੍ਹਾਈ ਸਭ ਫਰੀ। ਇਹ ਜਿਹੜਾ ਹੈਗਾ ਇਲੈਕਸ਼ਨ ਹੋਈ ਸੀ, ਉਹ ਪਹਿਲਾਂ ਇਲੈਕਸ਼ਨ ਦਾ ਪਾਰਟ ਬਣੇ ਸੀਗੇ, ਇਲੈਕਸ਼ਨ ਹੋਈ ਜਿਸ ਵੇਲੇ ਤਾਂ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ, ਅਤੇ ਹਾਰਨ ਤੋਂ ਬਾਅਦ ਜਿਹੜਾ ਸੀ ਉਹ ਕੋਰਟ ਚਲੇ ਗਏ। ਜਨਰਲ ਸਕੱਤਰ ਦੇ ਪਹਿਲਾਂ ਤਾਂ 3 ਪ੍ਰਧਾਨ ਤਾਂ ਸਾਡੇ ਸਰਵਸੰਮਤੀ ਨਾਲ ਚੁਣੇ ਗਏ ਸੀਗੇ, ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ। ਜਨਰਲ ਸਕੱਤਰ ਦਾ ਕੈਂਡੀਡੇਟ ਕਰਮਨੀਕ ਸਿੰਘ ਮਾਨ ਬਣਿਆ ਸੀ, ਔਰ ਸਾਡੇ ਸੁਖਵਿੰਦਰ ਸਿੰਘ ਮੰਡੇਬਰ ਬਣੇ ਸੀ। ਅਸੀਂ ਸਾਰੇ ਸੁਖਵਿੰਦਰ ਸਿੰਘ ਮੰਡੇਬਰ ਨੂੰ ਸਮਰਥਨ ਦਿੱਤਾ, ਤਾਂ ਇੱਧਰ ਤਕਰੀਬਨ 27-28 ਮੈਂਬਰ ਜਿਹੜੇ ਸੀਗੇ ਉਹ ਇੱਧਰ ਜਨਰਲ ਸਕੱਤਰ ਦੀ ਵੋਟ ਇਹਨਾਂ ਨੂੰ ਪਾਈ, ਅਤੇ 5-6 ਮੈਂਬਰ ਜਿਹੜੇ ਸੀ ਉਹ ਦੂਸਰੇ ਪਾਸੇ ਰਹਿ ਗਏ। ਜਦੋਂ ਉਹ ਇਲੈਕਸ਼ਨ ਦਾ ਪਾਰਟ ਬਣੇ, ਹਿੱਸਾ ਬਣੇ ਇਲੈਕਸ਼ਨ 'ਚ, ਪਹਿਲਾਂ ਉਹਨਾਂ ਹੀ ਕੈਂਡੀਡੇਟ ਦਿੱਤਾ ਜਨਰਲ ਸਕੱਤਰ ਦਾ, ਪਰ ਜਦੋਂ ਹਾਰ ਗਏ, ਹਾਰਨ ਤੋਂ ਬਾਅਦ ਉਹ ਹਾਈ ਕੋਰਟ ਚਲੇ ਗਏ ਸੀ, ਜਿਹਦੀ ਉਹ ਤਰੀਕ ਜਿਹੜੀ ਆ ਉਹ 9 ਜੁਲਾਈ ਪਈ ਹੋਈ ਆ, 9 ਜੁਲਾਈ ਉਹਨਾਂ ਦੀ ਤਰੀਕ ਆ, ਉਹਦੇ 'ਤੇ ਫੈਸਲਾ ਹੋ ਜਾਊਗਾ, ਕਿਉਂਕਿ ਸਾਰੀ ਪ੍ਰਕਿਰਿਆ ਰੋਕਤਾ ਨਹੀਂ ਹੈ ਜੀ ਕਮੇਟੀ, ਸਾਰੀ ਪ੍ਰਕਿਰਿਆ ਜਿਹੜੀ ਆ ਉਹਦੀ ਵੀਡੀਓ ਰਿਕਾਰਡਿੰਗ ਆ ਸਾਰੀ, ਔਰ ਕੰਮਕਾਰ ਜਿਹੜੀ ਕਮੇਟੀ ਆ ਉਹ ਨਿਰੰਤਰ ਆਪਣਾ ਜਿਹੜਾ ਉਹ ਕਰ ਰਹੀ ਆ। ਲਗਾਤਾਰ ਸਾਡੇ ਆ ਹੁਣ ਛੇਵੇਂ ਪਾਤਸ਼ਾਹ ਮਹਾਰਾਜ ਦਾ ਗੁਰਪੁਰਬ ਆ 22 ਤਰੀਕ ਦਾ, ਔਰ ਵੱਡੀ ਪੱਧਰ 'ਤੇ ਕੁਰੂਕਸ਼ੇਤਰ ਮਨਾਇਆ ਜਾ ਰਿਹਾ, ਫਿਰ ਚੀਕਾ ਵਿਖੇ ਮਨਾਇਆ ਜਾ ਰਿਹਾ 23 ਤਰੀਕ ਨੂੰ, ਔਰ ਫਿਰ 24 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੋ ਪਹਿਲੇ ਸਿੱਖ ਬਾਦਸ਼ਾਹ ਹੋਏ ਉਹਨਾਂ ਦੀ ਰਾਜਧਾਨੀ ਸਾਡੇ ਹਰਿਆਣੇ 'ਚ ਜਮੁਨਾ ਨਗਰ ਦੀ ਕਿਲ੍ਹਾ ਲੋਹਗੜ੍ਹ, ਉੱਥੇ ਅਸੀਂ ਵੱਡੀ ਪੱਧਰ 'ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾ ਰਹੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। ਸੋ ਬਹੁਤ ਸਾਰੇ ਜਿਹੜੇ ਇਤਿਹਾਸਕ ਦਿਹਾੜੇ ਆ, ਔਰ ਸਾਡਾ 14 ਜੁਲਾਈ ਨੂੰ ਜਿਹੜਾ ਸਾਡਾ ਸਥਾਪਨਾ ਦਿਵਸ ਵੀ ਆ ਰਿਹਾ, ਜਿਹੜੀ ਹਰਿਆਣਾ ਕਮੇਟੀ ਆ 2014 ਦੇ ਵਿੱਚ 14 ਜੁਲਾਈ ਨੂੰ ਇਹਦਾ ਜਿਹੜਾ ਸੀ ਐਕਟ ਪਾਸ ਹੋਇਆ ਸੀਗਾ, ਉਹ ਵੀ ਅਸੀਂ ਵੱਡੀ ਪੱਧਰ 'ਤੇ ਮਨਾਉਂਦੇ ਹਾਂ। ਲਾਸਟ ਕੁਐਸਚਨ ਸਿੰਘ ਸਾਹਿਬ, ਜਿਹੜੀ ਗੱਲ ਆ, ਜਿਹੜੇ ਕੁਝ ਖਾਸ ਲੋਕ ਨੇ ਜਿਹੜੇ ਮੀਡੀਆ ਦੇ ਵਿੱਚ, ਚਾਹੇ ਉਹ ਫਿਲਮੀ ਹੈ ਚਾਹੇ ਉਹ ਪੋਲੀਟੀਕਲ ਆ, ਉਹਨਾਂ ਨੂੰ ਨਫ਼ਰਤੀ ਭਾਸ਼ਣ ਜਿਹੜੇ ਹੈਗੇ ਆ ਉਹ ਨਹੀਂ, ਜ਼ਹਿਰੀਲੇ ਭਾਸ਼ਣ ਨਹੀਂ ਦੇਣੇ ਚਾਹੀਦੇ, ਭਾਵੇਂ ਕਿ ਉਹਨਾਂ ਨੂੰ ਆਪਣੇ ਕੀਤੇ ਐਕਸ਼ਨ ਦਾ ਰਿਐਕਸ਼ਨ ਵੀ ਲੈਣਾ ਪੈਂਦਾ, ਪਰ ਅਸੀਂ ਸਮਝਦੇ ਮੰਦਭਾਗੀ ਗੱਲ ਆ, ਕੋਈ ਮੈਂਬਰ ਆਫ ਪਾਰਲੀਮੈਂਟ ਹੋਵੇ ਜੇ ਉਹਦੇ ਮੂੰਹ 'ਤੇ ਥੱਪੜ ਪਵੇ ਤਾਂ ਮੰਦਭਾਗੀ ਗੱਲ ਆ, ਅਸੀਂ ਇਸ ਹਿੰਸਾ ਦੇ ਹੱਕ 'ਚ ਨਹੀਂ ਹਾਂ। ਪਰ ਜੇ ਕੋਈ ਇਸ ਤਰ੍ਹਾਂ ਜ਼ਹਿਰੀਲਾ, ਜੇ ਕਿਸਾਨਾਂ ਨੂੰ ਅੱਤਵਾਦੀ ਜਾਂ ਸਿੱਖਾਂ ਨੂੰ ਸਿੱਖ ਪੰਥ ਪੰਜਾਬ ਨੂੰ ਅੱਤਵਾਦੀ ਕਹੂ, ਤਾਂ ਫਿਰ ਉਹਨੂੰ ਇਸ ਤਰ੍ਹਾਂ ਦੀ ਜਲਾਲਤ 'ਚੋਂ ਲੰਘਣਾ ਪਊਗਾ। ਪਰ ਅਸੀਂ ਜਿਹੜਾ ਹੈਗਾ ਫਿਰ ਵੀ ਅਪੀਲ ਕਰਦੇ ਹਾਂ ਉਹਨਾਂ ਲੋਕਾਂ ਨੂੰ, ਕੋਈ ਜ਼ਹਿਰੀਲਾ ਨਫ਼ਰਤੀ ਭਾਸ਼ਣ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ, ਦੇਸ਼ ਕੌਮ ਧਰਮ ਦੀ ਤਰੱਕੀ ਦੇ ਵਾਸਤੇ ਆਪਣਾ ਯੋਗਦਾਨ ਪਾਉਣ, ਜਿਹਦੇ ਨਾਲ ਸਾਡਾ ਦੇਸ਼ ਕੌਮ ਧਰਮ ਭਾਈਚਾਰੇ ਦੇ ਲੋਕ ਜਿਹੜੇ, ਸਾਡੀ ਸਟੇਟ ਜਿਹੜੀ ਉਹ ਤਰੱਕੀ ਕਰੇ, ਇਸ ਪਾਸੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਔਰ ਮੈਂ ਅਪੀਲ ਕਰਦਾ ਕਿ ਜਿਹੜਾ ਟਕਰਾਅ ਸ਼ੁਰੂ ਹੋਇਆ ਹਿਮਾਚਲ ਦਾ ਪੰਜਾਬ ਦਾ, ਜਾਂ ਖਾਸ ਕਰਕੇ ਸਿੱਖਾਂ ਨੂੰ ਦੇਖ ਕੇ ਹਿਮਾਚਲ ਦੇ ਵਿੱਚ ਜਿਹੜਾ ਹੈ ਟਾਰਗੇਟ ਕੀਤਾ ਜਾਂਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਦੇ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਗੈਰ ਸਿੱਖ ਨੂੰ ਟਾਰਗੇਟ ਨਹੀਂ ਕੀਤਾ ਗਿਆ, ਚਾਹੇ 1978 ਦਾ ਦੌਰ ਰਿਹਾ, 1984 ਦਾ ਦੌਰ ਰਿਹਾ, ਜਿਹੜੀਆਂ ਕੋਈ ਇੱਕਾ ਦੁੱਕਾ ਘਟਨਾਵਾਂ ਸੀ ਉਹ ਵੀ ਸਾਜਿਸ਼ਾਂ ਦੇ ਅਧੀਨ ਜਿਹੜੀਆਂ ਵਿਰੋਧੀਆਂ ਵੱਲੋਂ ਕੀਤੀਆਂ ਗਈਆਂ। ਗੁਰੂ ਘਰ ਸਿੱਖ ਜਿਹੜਾ ਉਹ ਸਰਬੱਤ ਦਾ ਭਲਾ ਮੰਗਦਾ, ਸਭ ਨਾਲ ਪਿਆਰ ਕਰਦਾ ਵਾ,
ਨਾ ਕੋ ਬੈਰੀ ਨਾ ਹੀ ਬੇਗਾਨਾ, ਕਿਉਂਕਿ ਗੁਰੂ ਦਾ ਸਿਧਾਂਤ ਇਹ ਹੈ। ਇੱਥੇ ਕਿੰਨੇ ਹਿਮਾਚਲੀ ਲੋਕ ਜਾਂ ਨੇਪਾਲੀ ਲੋਕ ਵੀ ਕੰਮ ਕਰਦੇ, ਕਦੇ ਵੀ ਕੋਈ ਕਿਸੇ ਦੇ ਜਾਤ ਗੋਤ ਧਰਮ ਦੇ ਨਸਲ ਦੇ ਆਧਾਰ 'ਤੇ ਇੱਥੇ ਕੋਈ ਕਿਸੇ ਦਾ ਜਿਹੜਾ ਵਿਰੋਧ ਨਹੀਂ ਕਰਦਾ। ਸੋ ਇਸ ਤਰ੍ਹਾਂ ਨਾ ਹੀ ਕਰਨਾ ਚਾਹੀਦਾ ਵਾ। ਹਿਮਾਚਲ ਦੇ ਵਿੱਚ ਵੀ ਸੰਗਤਾਂ ਜਿਹੜੀਆਂ ਦਰਸ਼ਨਾਂ ਨੂੰ ਜਾਂਦੀਆਂ, ਚਾਹੇ ਉਹ ਹੇਮਕੁੰਟ ਸਾਹਿਬ ਆ, ਚਾਹੇ ਉਹ ਮਨੀਕਰਨ ਸਾਹਿਬ ਆ, ਚਾਹੇ ਹੋਰ ਗੁਰਦੁਆਰੇ ਆ ਬਹੁਤ ਸਾਰੇ, ਤਾਂ ਉਹਨਾਂ ਦੇ ਦਰਸ਼ਨ ਕਰਨ ਜਾਂਦੀਆਂ ਨੇ। ਜਾਂ ਵੈਸੇ ਵੀ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਸਿੱਖ ਸਰਦਾਰ ਲੋਕ ਜਿਹੜੇ ਹਿਮਾਚਲ ਕੁੱਲੂ ਮਨਾਲੀ ਇੱਧਰ ਨੂੰ ਜਾਂਦੇ ਆ, ਕਸੌਲੀ ਵਗੈਰਾ, ਸ਼ਿਮਲਾ ਵਗੈਰਾ, ਤਾਂ ਇਹੋ ਜਿਹੀ ਗੱਲ, ਕਿਉਂਕਿ ਉਹਨਾਂ ਦਾ ਤਾਂ ਵੈਸੇ ਵੀ ਹਿਮਾਚਲੀਆਂ ਦਾ ਜਿਹੜਾ ਰੁਜ਼ਗਾਰ ਆ ਉਹ ਟੂਰਿਜ਼ਮ ਦੇ ਸਿਰ 'ਤੇ ਆ, ਅਤੇ ਉਹਨਾਂ ਨੂੰ ਇਹੋ ਜਿਹੀ ਗੱਲ ਬਿਲਕੁਲ ਨਹੀਂ, ਉੱਥੇ ਦੀ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ। ਇਹੋ ਜਿਹੀ ਕਿਤੇ ਵੀ ਘਟਨਾ ਵਾਪਰਦੀ ਆ ਤਾਂ ਦੋਸ਼ੀਆਂ ਨੂੰ ਸਖਤ ਜਿਹੜੀ ਆ ਸਜ਼ਾ ਕਟਹਿਰੇ 'ਚ ਖੜਾ ਕਰਕੇ ਦੇਣੀ ਚਾਹੀਦੀ ਆ, ਤਾਂ ਕਿ ਇੱਕ ਭਾਈਚਾਰਾ ਪਿਆਰ ਇਤਫਾਕ ਕਾਇਮ ਹੋ ਸਕੇ। ਜੇ ਇਸੇ ਤਰ੍ਹਾਂ ਇੱਕ ਦੂਜੀ ਸਟੇਟ ਦੇ ਲੋਕਾਂ ਨਾਲ ਵਰਤਾਰਾ ਹੋਣ ਲੱਗ ਗਿਆ ਤਾਂ ਫਿਰ ਦੇਸ਼ ਦੇ ਅੰਦਰ ਹੀ ਕਈ ਸਰਹੱਦਾਂ ਬਣ ਜਾਣਗੀਆਂ। ਹਰੇਕ ਆਪੋ ਆਪਣੇ ਸੂਬੇ, ਆਪੋ ਆਪਣੀ ਸਟੇਟ ਦੇ ਵਿੱਚ ਹੀ ਕੈਦ ਹੋ ਕੇ ਰਹਿ ਜੂਗਾ ਕਿ ਹਰਿਆਣੇ ਵਾਲੇ ਨੇ ਪੰਜਾਬ 'ਚ ਨਹੀਂ ਵੜਨਾ, ਪੰਜਾਬ ਵਾਲੇ ਨੇ ਹਿਮਾਚਲ 'ਚ ਨਹੀਂ ਵੜਨਾ। ਇਹ ਤਾਂ ਫਿਰ ਸਰਹੱਦਾਂ ਬਣ ਜਾਣਗੀਆਂ। ਸੋ ਇਹ ਦੇਸ਼ ਦੇ ਅੰਦਰ ਇੱਕ ਦੇਸ਼ ਆ, ਤਾਂ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਭਾਰਤ ਦੇਸ਼ ਦੇ ਅੰਦਰ ਪਿਆਰ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ। ਇਹ ਨਵੀਆਂ ਸਰਹੱਦਾਂ ਜਿਹੜੀਆਂ ਕਾਇਮ ਕੀਤੀਆਂ ਜਾ ਰਹੀਆਂ, ਇਹ ਬਿਲਕੁਲ ਇਸ ਤਰ੍ਹਾਂ ਨਫ਼ਰਤੀ ਜਿਹੜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।